ਹਾਂਜੀ ਕੀ ਨਾਮ ਹੈ ਜੀ ਦਾਸਾ ਸਿੰਘ ਜੀ ਪਿੰਡ ਮੀਮਸੇ ਦੇ ਰਹਿਣ ਵਾਲਾ ਮੈਂ ਪਿੰਡ ਚੋਂ ਚੱਲ ਕੇ ਆਇਆ ਹਾਂ ਮੈਂ ਰਾਤ ਪਟਿਆਲੇ ਸੀ ਮੈਨੂੰ ਰਾਤ ਪਟਿਆਲੇ ਤੋਂ ਪਤਾ ਲੱਗਿਆ ਵੀ ਧੂਰੀ ਇਲਾਕੇ ਦੇ ਵਿੱਚ ਇਹ ਕੁਛ ਹੋ ਗਿਆ ਹੈ ਉਹ 4.5 ਸਾਲ ਦੀ ਬੱਚੀ ਦੇ ਨਾਲ ਜੋ ਕੁਛ ਵੀ ਹੋਇਆ ਰੇਪ ਹੋਇਆ ਉਸ ਲਈ ਮੈਨੂੰ ਦੁੱਖ ਲੱਗਿਆ ਮੈਂ ਰਾਤ ਦਾ ਪਿੰਡੋਂ ਭੱਜਿਆ ਹੋਇਆ ਤਾਂ ਆਹ ਦੇਖੋ ਇਹ ਭੈਣ ਭਾਈ ਸਾਰੇ ਹਿੰਦੂ ਮੁਸਲਿਮ ਸਿੱਖ ਸਭ ਭਾਈ ਅਸੀਂ ਇਕੱਠੇ ਹੋ ਕੇ ਤੁਰ ਰਹੇ ਹਾਂ ਉਸ ਬੱਚੀ ਲਈ ਅਸੀਂ ਇਨਸਾਫ ਮੰਗਦੇ ਹਾਂ ਕਿ ਉਸ ਬੱਚੀ ਦੇ ਨਾਲ ਜੋ ਜਿਹੜਾ ਕੋਈ ਕਰਮ ਕਾਂਡ ਕੀਤਾ ਗਿਆ ਹੈ ਉਸ ਲਈ ਉਸ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਫਾਂਸੀ ਮੈਨੇਜਮੈਂਟ ਦੇ ਖਿਲਾਫ ਹਾਂ ਸਜ਼ਾ ਦਿੱਤੀ ਜਾਵੇ ਜੋ ਕਿ ਹੁਣ ਤੱਕ ਕੋਈ ਉੱਤਾ ਨਹੀਂ ਚੱਕਿਆ ਦੇਖੋ ਮੈਂ ਇੱਕ ਮਿਸਤਰੀ ਹਾਂ ਰੰਗ ਪੈਂਟਰ ਹਾਂ 40 ਸਾਲ ਮੇਰੀ ਉਮਰ ਹੋ ਗਈ ਹੈ ਮੈਂ ਹਰੇਕ ਘਰ ਦੇ ਵਿੱਚ ਚਾਹ ਵੀ ਪੀਂਦਾ ਪਾਣੀ ਵੀ ਪੀਂਦਾ ਹਰੇਕ ਘਰੇ ਜਾਂਦਾ ਰੰਗ ਕਰਦਾ ਹਾਂ ਕਿਉਂਕਿ ਮੈਨੂੰ ਦੁੱਖ ਆਇਆ ਮੈਂ ਜਿਸ ਘਰੇ ਜਾਂਦਾ ਮੇਰਾ ਘਰ ਉਹ ਨਹੀਂ ਜਿੱਥੇ ਮੈਂ ਵੱਸਦਾ ਹਾਂ ਮੇਰਾ ਘਰ ਤਾਂ ਉਹ ਆ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿਆਰੀ ਕਰਦਾ ਕਹਿੰਦਾ ਭੈਣ ਜੀ ਮੈਨੂੰ ਚਾਹ ਚਾਹੀਦੀ ਆ ਭੈਣ ਜੀ ਮੈਨੂੰ ਰੋਟੀ ਚਾਹੀਦੀ ਆ ਮੈਨੂੰ ਚਾਹ ਮਿਲਦੀ ਆ ਰੋਟੀ ਮਿਲਦੀ ਆ ਬਾਣੀਆਂ ਦੇ ਮਹਾਜਨਾਂ ਦੇ ਚਾਹੇ ਛੋਟੀ ਚਾਹੇ ਵੱਡੀ ਕੌਮ ਦੇ ਘਰੇ ਮੈਂ ਕੰਮ ਕਰਦਾ ਹਾਂ ਮੈਨੂੰ ਉਸ ਬੱਚੀ ਲਈ ਦੁੱਖ ਆਇਆ ਮੈਂ ਰਾਤ ਦਾ ਪਿੰਡੋਂ ਤੁਰਿਆ ਹੋਇਆ ਰਾਤ ਦੇ ਮੈਨੂੰ ਕੁਛ ਨਹੀਂ ਚੰਗਾ ਲੱਗ ਰਿਹਾ ਉਸ ਬੱਚੀ ਨੂੰ ਇਨਸਾਫ ਦਵਾਉਣ ਲਈ ਮੈਂ ਇਹੀ ਕਹਿਣਾ ਮੰਗ ਮੰਗਦਾ ਹਾਂ ਸਰਕਾਰ ਤੋਂ ਵੀ ਜੇ ਸਰਕਾਰ ਹੈਗੀ ਆ ਉਸ ਬੱਚੀ ਦਾ ਨਿਆਂ ਕਰਨ ਲਈ ਉਸ ਪਾਪੀ ਨੂੰ ਉਸ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਮੌਤ ਫਾਂਸੀ ਦਿੱਤੀ ਜਾਵੇ ਚੌਂਕ ਦੇ ਵਿੱਚ ਖੜਾ ਕੇ ਤਾਂ ਕਿ ਕੱਲ ਨੂੰ ਹੋਰ ਕੰਮ ਕਰ ਸਕੇ ਭਾਈ ਜੀ ਬੜੀ ਹੀ ਮੰਦਭਾਗੀ ਘਟਨਾ ਜੋ ਸਾਡੇ ਸ਼ਹਿਰ ਦੇ ਵਿੱਚ ਵਾਪਰੀ ਆ ਇੱਕ ਕਲੰਕ ਦਾ ਟਿੱਕਾ ਜਿਹੜਾ ਸਾਡੇ ਸਾਰੇ ਦੇ ਮੱਥੇ 'ਤੇ ਪਹੁੰਚਿਆ ਗਿਆ ਹੈਗਾ ਬੜਾ ਦੁੱਖ ਲੱਗਿਆ ਜਦੋਂ ਇੱਕ 4 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਹੋਇਆ ਅਤੇ ਉੱਪਰੋਂ ਪ੍ਰਸ਼ਾਸਨ ਸਕੂਲ ਦੀ ਪੂਰੀ ਮਦਦ ਕਰ ਰਿਹਾ ਹੈਗਾ ਸਾਡੀ ਇੱਕੋ ਹੀ ਮੰਗ ਆ ਵੀ ਦੋਸ਼ੀਆਂ ਨੂੰ ਸਜ਼ਾ ਅਤੇ ਮੈਨੇਜਮੈਂਟ ਦੇ ਖਿਲਾਫ਼ ਪਰਚਾ ਅਤੇ ਸਕੂਲ ਦੀ ਮਾਨਤਾ ਉਹ ਰੱਦ ਹੋਣੀ ਚਾਹੀਦੀ ਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੂ ਅਸੀਂ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਖੜੇ ਹਾਂ ਜਿੰਨਾ ਚਿਰ ਹੋਊਗਾ ਸੰਘਰਸ਼ ਲੜਾਂਗੇ ਅਤੇ ਇਨਸਾਫ ਲੈ ਕੇ ਰਹਾਂਗੇ ਪੰਜਾਬ ਸਕੂਲ 'ਚ ਬੱਚੇ ਭੇਜਦੇ ਉਹਨਾਂ ਦੇ ਮਾਂ ਬਾਪ ਸਮਝ ਕੇ ਜੇ ਸਕੂਲ 'ਚ ਹੀ ਨਹੀਂ ਉਹਨਾਂ ਨੂੰ ਸੇਫ ਘਰੇ ਬੱਚੇ ਬਸ ਰਹਿਣ ਸਾਡੇ ਆਪਦੇ ਮਾਂ ਬਾਪ ਕੋਲ ਲੋੜ ਹੀ ਨਹੀਂ ਹੈਗੀ ਫਿਰ ਤਾਂ ਸਕੂਲ ਭੇਜਣ ਦੀ ਬੰਦ ਕਰ ਹਾਂਜੀ ਸਮਾਜ ਦੇ ਵਿੱਚ ਬਸ ਇਹੀ ਹੈ ਕਿ ਲੜਕੀਆਂ ਦੇਖੋ ਅਸੀਂ ਬਾਹਰ ਨਹੀਂ ਕੱਢ ਸਕਦੇ ਮਤਲਬ ਇਹੀ ਹੋ ਗਿਆ ਦੇਖੋ ਅੱਜ ਇੰਨੀ ਛੋਟੀ ਬੱਚੀ ਦੇ ਨਾਲ ਹੋਇਆ ਕੱਲ੍ਹ ਕਿਸੇ ਵੀ ਬੱਚੀ ਦੇ ਨਾਲ ਹੋ ਸਕਦਾ ਹੈ ਸਮਾਜ 'ਚ ਤਾਂ ਹੀ ਸਾਰੇ ਇਕੱਠੇ ਹੋਣ ਦਾ ਇਹੀ ਕਾਰਨ ਹੈ ਵੀ ਦੇਖੋ ਲੜਕੀਆਂ ਦੀ ਸੇਫਟੀ ਦੇ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਅਸੀਂ ਰੋਸ ਪ੍ਰਗਟ ਕਰ ਰਹੇ ਜੀ ਕੱਲ੍ਹ ਉਹਨਾਂ ਨੂੰ ਕਿਹਾ ਸੀਗਾ ਜੀ ਪੰਜਾਬ ਪੁਲਿਸ ਦੇ ਸਾਰੇ ਮੈਂਬਰਾਂ ਨੂੰ ਵੀ ਜਿੰਨੇ ਵੀ ਮੈਂਬਰ ਹੈਗੇ ਨੇ ਜੀ ਉਹ ਮੈਨੇਜਮੈਂਟ ਦੇ ਮੈਂਬਰ ਨੇ ਮੈਨੇਜਮੈਂਟ ਦੇ ਮੈਂਬਰਾਂ ਨੂੰ ਇਨਵੋਲਵ ਨਹੀਂ ਕੀਤਾ ਗਿਆ ਇੱਕ ਵੀ ਮੈਂਬਰ ਨੂੰ ਅਰੈਸਟ ਨਹੀਂ ਕੀਤਾ ਗਿਆ ਅਸੀਂ ਦੁਬਾਰੇ ਮੰਗ ਇਹੀ ਰੱਖੀ ਸੀਗੀ ਵੀ ਸਾਨੂੰ ਦੱਸੋ ਤੁਹਾਨੂੰ ਅੱਜ ਸਵੇਰੇ ਮੈਂ ਫੋਨ ਕੀਤਾ ਸੀਗਾ DSP ਸਾਹਿਬ ਨੂੰ SSP ਸਾਹਿਬ ਨੂੰ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਹੁਣੇ ਦੱਸਦੇ ਹਾਂ ਜੀ ਮੈਂ ਕਿਹਾ ਦੱਸਦੇ ਅੱਜ 12-14-15 ਘੰਟੇ ਹੋ ਗਏ ਨੇ ਜੀ ਅਸੀਂ ਆਪਦੀ ਕਾਰਵਾਈ ਸ਼ੁਰੂ ਕਰ ਲਿਆ ਜੀ ਜੇ ਉਹਨਾਂ ਨੂੰ ਨਾ ਗ੍ਰਿਫਤਾਰ ਕੀਤਾ ਗਿਆ ਜਾਂ ਨਹੀਂ ਮੈਂਬਰਾਂ ਨੂੰ ਥਾਣੇ ਦੇ ਵਿੱਚ ਕਚਹਿਰੀ ਦੇ ਵਿੱਚ ਨਹੀਂ ਲੈਂਦਾ ਗਿਆ ਅਸੀਂ ਆਪਦੇ ਧਰਨੇ ਜਾਰੀ ਰੱਖਾਂਗੇ ਇਸੇ ਤਰ੍ਹਾਂ ਅਸੀਂ ਆਪਣੀ ਸੜਕਾਂ 'ਤੇ ਰੋਸ ਮਾਰਚ ਕਰਦੇ ਰਹਾਂਗੇ ਓਨੀ ਦੇਰ ਤੱਕ ਅਸੀਂ ਬਾਜ਼ਾਰ ਵੀ ਬੰਦ ਰੱਖਾਂਗੇ ਅਤੇ ਅਸੀਂ ਧਰਨਾ ਸਾਡਾ ਆਈ ਜਾਰੀ ਰਹੂਗਾ ਮੈਂ ਹਰੀਕ੍ਰਿਸ਼ਨ ਮਣੀ ਕੀ ਕਹੋਗੇ ਇਸ ਬਾਰੇ ਮੈਂ ਇਸ ਕਹਿ ਰਿਹਾ ਜੋ ਸਾਡੀ ਬੱਚੀ ਨਾਲ ਦੁਸ਼ਕਰਮ ਹੋਇਆ ਉਹ ਇਸ ਪਰਿਵਾਰ ਦੀ ਨਹੀਂ ਉਹ ਸਾਡੇ ਸਾਰੇ ਸ਼ਹਿਰ ਧੂਰੀ ਵਾਸੀਆਂ ਦੀ ਬੱਚੀ ਹੈ ਜੇ ਉਹ ਇਸ ਬੱਚੀ ਨੂੰ ਇਨਸਾਫ ਦਵਾਉਣ ਲਈ ਅਸੀਂ ਪਹਿਲਾਂ ਤਾਂ ਉਸ ਮੈਨੇਜਮੈਂਟ 'ਤੇ ਵੀ ਪਰਚਾ ਦਰਜ ਕਰਾਉਣਾ ਚਾਹੁੰਦੇ ਹਾਂ ਜਿਹੜਾ ਕਿ ਇਸ ਮੈਨੇਜਮੈਂਟ ਨੇ ਆ ਕੇ ਪਰਿਵਾਰ ਨੂੰ ਦੱਬਿਆ ਅਤੇ ਪਰਿਵਾਰ ਦੇ ਉੱਤੇ ਉਹਨਾਂ ਨੇ ਆਪਣੇ ਦਬਾਅ ਪਾਇਆ ਸੀ ਵੀ ਉਹ 'ਤੇ ਕੋਈ ਕਾਮਨਾ ਕੀਤਾ ਜਾਵੇ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਅੱਜ ਪਰਿਵਾਰ ਸ਼ਹਿਰ ਦੇ ਨਾਲ ਖੜਿਆ 3-4 ਵਾਰੀ ਪਹਿਲਾਂ ਵੀ ਇਹ ਹਰਕਤਾਂ ਹੋ ਚੁੱਕੀਆਂ ਨੇ ਸਕੂਲ ਵੱਲੋਂ ਪਹਿਲਾਂ ਵੀ ਇੱਕ 10-15 ਸਾਲ ਬੱਚੀ ਆਪਣੇ ਖੁਦਕੁਸ਼ੀ ਕਰ ਚੁੱਕੀ ਆ ਉਦੋਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੋ ਕਿ ਇਸ ਧਰਨੇ ਨੂੰ ਅਸੀਂ ਤੇਜ਼ ਰੱਖਾਂਗੇ ਹੋ ਸਕਿਆ ਤਾਂ ਅਸੀਂ ਹਾਈਵੇ ਵੀ ਜਾਮ ਕਰਨ ਜਾਵਾਂਗੇ ਅਸੀਂ ਇਹ ਕਹਿਣਾ ਚਾਹੁੰਦੇ ਸਾਡੇ ਸ਼ਹਿਰ ਵਾਸਤੇ ਦੁਸ਼ਰਨਾ ਕੋਈ ਗੱਲ ਨਹੀਂ ਹੋ ਸਕਦੀ ਐਡੂ ਬਾਰੀ ਗੱਲ ਨਹੀਂ ਸਕਦੀ ਪ੍ਰਸ਼ਾਸਨ ਜਿਹੜਾ ਇਹਦੇ ਕੰਨ 'ਤੇ ਜੂ ਨਹੀਂ ਸਰਕੀ ਹੱਦ ਤੱਕ ਜਦ ਤੱਕ ਅਸੀਂ ਜ਼ਿੰਮੀਦਾਰਾਂ ਨੂੰ ਹਾਈਵੇ ਬੰਦ ਨਹੀਂ ਕਰਦੇ ਰੋਡ ਨਹੀਂ ਰੋਕਦੇ ਇਹਨਾਂ 'ਤੇ ਕੋਈ ਅਸਰ ਨਹੀਂ ਹੋਣਾ ਇਹ ਅੰਦਰ ਵੜ ਕੇ ਹੀ ਸਮਝੌਤਾ ਕਰਨਗੇ ਪਹਿਲੇ 3 ਰੇਪ ਗਏ ਸੋਚ ਕੇ ਠਾਣਦਾਰ ਹੁੰਦੇ ਡਿਪਟੀ ਹੁੰਦੇ ਤਿੰਨਾਂ ਦੇ ਵੱਲੋਂ ਕੀ ਹੋਇਆ ਕੀ ਕੀਤਾ ਇਹਨਾਂ ਨੇ ਇਸ ਤੱਕ ਮਤਲਬ ਹੈ ਪੈਸੇ ਸਰਕਾਰ ਲੈਂਦੀ ਹੈ ਔਰ ਚੁੱਪ ਹੋ ਜਾਂਦੀ ਹੈ ਤੁਹਾਡਾ ਜਿਹੜਾ ਬਾਜ਼ਾਰ ਅੱਜ ਬਿਲਕੁਲ ਬੰਦ ਹੈ ਬਿਲਕੁਲ ਬੰਦ ਰੱਖਾਂਗੇ ਜੀ ਕਿੰਨਾ ਚਿਰ ਬੰਦ ਰੱਖੋਗੇ ਇਸ ਦਾ ਜਿੰਨੀ ਦੇਰ ਪ੍ਰਸ਼ਾਸਨ ਨੂੰ ਸਾਡੇ ਭਾਈਚਾਰਾ ਨਹੀਂ ਮਿਲਦਾ ਇਨਸਾਫ ਨਹੀਂ ਮਿਲਦਾ ਜੀ ਜਿੰਨੀ ਦੇਰ ਸਾਡਾ ਭਾਈਚਾਰਾ ਸਾਡਾ ਹੋਊਗਾ ਅਸੀਂ ਨਾਲ ਉਹਨਾਂ ਚੱਲਾਂਗੇ ਸਰਕਾਰ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਕਦੇ ਨਾ ਕਦੇ ਨਾ ਕਦੇ ਨਾ ਕਦੇ ਨਾ
ਕਿਸੇ ਦੀ ਦੁਕਾਨ ਨੂੰ ਕੋਈ ਨੁਕਸਾਨ ਪਹੁੰਚਾਉਂਦਾ, ਕੋਈ ਇਹਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦਾ, ਕੋਈ ਸਾਈਕਲ ਨੂੰ ਨੁਕਸਾਨ ਪਹੁੰਚਾਉਂਦਾ।